ਪੰਜਾਬ ਦੇ ਪਿੰਡਾਂ ਵਿੱਚੋਂ ਲਗਾਤਾਰ ਲੋਕਾਂ ਅਤੇ ਕਿਸਾਨਾਂ ਵੱਲੋਂ ਕਿਸਾਨ ਵਿਰੋਧੀ ਕਾਲੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦੌਰਾਨ ਦਿੱਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਲਗਾਤਾਰ ਜਾ ਰਹੇ ਨੇ ਅਤੇ ਆਉਣ ਵਾਲੀ ਗਰਮੀਆਂ ਅਤੇ ਮੌਸਮ ਅਤੇ ਹੋਰ ਆਉਂਦੀ ਮੁਸੀਬਤਾਂ ਨੂੰ ਦੇਖਦੇ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਵੱਲੋਂ ਗਰਮੀ ਦਾ ਸਾਹਮਣਾ ਕਰਨ ਲਈ ਟਰੈਕਟਰ ਅਤੇ ਟਰਾਲੀਆਂ ਨੂੰ ਹਾਈਟੈਕ ਬਣਾਇਆ ਜਾ ਰਿਹਾ ਹੈ ਜਿਸ ਦੀ ਮਿਸਾਲ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖੋਜੀਕਪੁਰ ਵਿੱਚ ਦੇਖਣ ਨੂੰ ਮਿਲੀ ਜਿੱਥੇ ਲਗਾਤਾਰ ਹਰ 10 ਦਿਨਾਂ ਬਾਅਦ 15 ਤੋਂ 20 ਨੌਜਵਾਨ ਕਿਸਾਨਾਂ ਦਾ ਜੱਥਾ ਸਿੰਘੂ ਬਾਰਡਰ ਲਈ ਰਵਾਨਾ ਹੋ ਰਿਹਾ ਹੈ ਜੇ ਗੱਲ ਕੀਤੀ ਜਾਵੇ ਤਾਂ ਪਿੰਡ ਖੋਜੀਕਪੁਰ ਦੇ ਨੌਜਵਾਨ ਕਿਸਾਨਾਂ ਦਾ ਜੱਥਾ 5-4 ਹੋਟਲ ਦੀ ਤਰ੍ਹਾਂ ਟਰਾਲੀ ਤਿਆਰ ਕਰ ਰਹੇ ਹਨ ਇਸ ਮੌਕੇ ਨੌਜਵਾਨ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ 5-4 ਟਰਾਲੀ 'ਚ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਪ੍ਰਬੰਧ ਕੀਤੇ ਗਏ ਨੇ ਟਰਾਲੀ 'ਚ LCD ਇਨਵਰਟਰ ਪੱਖੇ AC ਵਾਈਫਾਈ ਕੈਮਰੇ ਲਗਾਏ ਗਏ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਉਹ ਵਾਪਿਸ ਨਹੀਂ ਆਣਗੇ ਤਰਨ ਤਾਰਨ ਤੋਂ ਸਰਬਜੀਤ ਸਿੰਘ ਦੀ ਰਿਪੋਰਟ ਲਾਈਵ ਭਾਰਤ ਇਹ ਨੌਜਵਾਨਾਂ ਨੇ ਇਸ ਲਈ ਤਿਆਰ ਕੀਤੀ ਆ ਵੀ ਅਸੀਂ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਮੌਸਮ ਕਿੱਦਾਂ ਰਿਹਾ ਜਦੋਂ ਗਰਮੀਆਂ ਅਗਾਂਹ ਆਉਣ ਡੀਆਂ ਵਾ ਇਹਦੇ ਵਿੱਚ AC ਲਾਏ ਆ ਵਾਈਫਾਈ ਸਾਰੀ ਸਹੂਲਤ ਆ ਨੈਟਵਰਕ ਜੀ ਬੰਦ ਕਰਨ ਦੇ ਉੱਥੇ ਅਤੇ ਇਹ ਸਾਰੀ ਨੌਜਵਾਨ ਨੇ ਆਪ ਤਿਆਰ ਕੀਤੀ ਆ ਬਾਕੀ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਸੀ ਵੀ ਕੋਈ ਮੌਸਮ ਆ ਜਾਵੇ ਗਰਮੀ ਆ ਜਾਵੇ ਸਰਦੀ ਆ ਜਾਵੇ ਉਸੇ ਹਿਸਾਬ ਨਾਲ ਹੀ ਉੱਥੇ ਸਹੂਲਤਾਂ ਵੀ ਲੋਕਾਂ ਨੇ ਪਹੁੰਚਾਉਣੀਆਂ ਸਾਰੀਆਂ ਅਤੇ ਟਰਾਲੀ ਵੀ ਇਸੇ ਕਰਕੇ ਤਿਆਰ ਕੀਤੀ ਆ ਇਹ 'ਚ AC ਲੱਗੇ ਆ ਸਾਰੇ ਪੱਖੇ ਲੱਗੇ ਆ ਅਤੇ ਅਗਾਂਹ ਹੁਣ ਗਰਮੀ ਦਾ ਮੌਸਮ ਜਿੱਦਾਂ ਇੱਕ ਮੋਦੀ ਮੀਡੀਆ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨ ਨਹੀਂ ਹੋ ਸਕਦੇ ਕਿਉਂਕਿ ਜਿੱਦਾਂ ਮਤਲਬ ਤੁਸੀਂ ਤੁਹਾਡੇ ਵੱਲੋਂ ਡਿਜੀਟਲ ਇੱਕ ਸਾਹਿਬ ਦੀ ਟਰਾਲੀ ਤਿਆਰ ਕੀਤੀ ਗਈ ਹੈ ਉਹਦੇ ਪਰ ਤੁਹਾਡਾ ਕੀ ਕਹਿਣਾ ਉਹ ਮੋਦੀ ਮੀਡੀਆ ਪਾ ਨਹੀਂ ਕਿਹੜੇ ਸੰਦ ਕਿਸਾਨ ਸਮਝਣ ਡਿਆ ਹੁਣ ਤਾਂ ਸਾਰੇ ਨੌਜਵਾਨ ਕਿਸਾਨ ਉਹ ਸਾਰੇ ਪੜ੍ਹੇ ਲਿਖੇ ਆ ਨਾ ਬਾਕੀ ਹਰ ਪਿੰਡ 'ਚੋਂ ਮੈਂ ਕਿਹਾ 40-50 ਬੰਦੇ ਨੇ ਬਾਹਰ ਗਏ ਆ ਅਤੇ ਇਕੱਲਾ ਬੰਦਾ ਟਰਾਲੀ ਤਿਆਰ ਕਰਾ ਸਕਦਾ ਇਹ ਕਿਹੜੀ ਗੱਲ ਵਾ ਡਿਜੀਟਲ ਟਰਾਲੀ ਅਤੇ ਬਾਕੀ ਜੇ ਮੋਦੀ ਨੇ ਕੋਈ ਕਮਰਾ ਤਿਆਰ ਕਰਾਉਣਾ ਤਾਂ ਵੀ ਕਰ ਦੱਸਦੇ ਕਰ ਦਿੰਦੇ ਉੱਥੇ ਆ ਕੇ ਕਿੰਨਾ ਚਿਰ ਤੱਕ ਉੱਥੇ ਤੁਸੀਂ ਰਹੋਗੇ ਇਹ ਹੁਣ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਹਫ਼ਤੇ ਹਫ਼ਤੇ ਦਾ ਹਫ਼ਤਾ ਲਾਇਆ ਕਰਨਗੇ ਸਾਰੇ ਜਾ ਕੇ ਮੁੰਡੇ ਉਹ ਸਾਰੇ ਅੱਗੇ ਟਰਾਲੀ ਉੱਥੇ ਵੀ ਖਲੋਤੀ ਪਹਿਲਾਂ ਵੀ ਖਲੋਤੀ ਆ ਅਤੇ ਹੁਣ ਇਹ ਲੋਕ ਹਫ਼ਤਾ ਰਹਿਣਗੇ ਫਿਰ ਹਫ਼ਤਾ ਦੂਜੇ ਬੰਦੇ ਚੱਲ ਜਾਣਗੇ ਬਾਅਦ 'ਚ ਦਲਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਹੈ ਜੀ ਖੋਜਕੀਪੁਰ ਜ਼ਿਲ੍ਹਾ ਤਰਨ ਤਾਰਨ ਅਸੀਂ ਚੱਲੇ ਹਾਂ ਜੀ ਦਿੱਲੀ ਨੂੰ ਕਾਲੇ ਕਾਨੂੰਨ ਰੱਦ ਕਰਾਉਣ ਅਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਆਵਾਂ ਜੀ ਸਾਡੇ ਕੋਲ 2 ਗੱਡੀਆਂ ਨੇ ਇੱਕ ਟਰੈਕਟਰ ਆ 5-star ਉਹਦੇ ਵਿੱਚ AC ਆ ਵਾਈਫਾਈ ਆ ਅਸੀਂ ਟਰੈਕਟਰ ਟਰਾਲੀ ਉੱਥੇ ਖੜੀ ਕਰ ਦੇਣੀ ਆ ਜੀ ਅਸੀਂ 20 ਮੁੰਡੇ ਚੱਲੇ ਹਾਂ ਅਸੀਂ 2 ਗੱਡੀਆਂ 'ਤੇ ਅਪ ਡਾਊਨ ਕਰ ਲਿਆ ਕਰਨਾ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਆਵਾਂਗੇ ਜੀ ਅਸੀਂ ਜਿੱਤ ਕੇ ਹੀ ਵਾਪਸ ਆਵਾਂਗੇ ਉਹਨਾਂ ਚਿਰ ਹੁਣ ਗਰਮੀ ਦਾ ਮੌਸਮ ਆ ਸਾਡੇ AC ਲੱਗਾ ਟਰਾਲੀ 'ਚ ਅਸੀਂ ਉਦੋਂ ਵਾਪਸ ਆਵਾਂਗੇ ਜੀ ਹੁਣ ਘਬਰਾਉਣ ਦੀ ਲੋੜ ਨਹੀਂ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ ਸਾਇਲ ਹੈਲਥ ਕੇਅਰ ਅੰਮ੍ਰਿਤਸਰ ਤੇ ਬੇਔਲਾਦ ਸਰੀਰਿਕ ਤਾਕਤ IBS ਸਪਰਮ ਕਾਊਂਟਿੰਗ ਮੈਨ ਪਾਵਰ ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਇਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੇਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ ਬਹੁਤ ਮਹੱਤਵ ਹੈ ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ ਉਹ ਕਈ ਰੋਗਾਂ ਕਰਕੇ ਆਉਂਦੀ ਹੈ ਜਿਹੜੇ ਔਲਾਦ ਪੈਦਾ ਨਹੀਂ ਕਰਦੇ ਉਹਨਾਂ ਨੂੰ ਸ਼ੁਕਰਾਣੂਆਂ ਦੀ ਕਮੀ ਮਿਲੋ ਰੋਜ਼ਾਨਾ 10-6 ਸਾਇਲ ਹੈਲਥ ਕੇਅਰ ਸੈਂਟਰ 140 ਰੋਡ ਅੰਮ੍ਰਿਤਸਰ ਸੰਡੇ ਛੁੱਟੀ